ਮੈਰੀ ਕਰ ਬਾਜੀ ਨੂੰ ਤੇ ਜਵਾਬ ਦੇ ਜਾਗਾ ਦੋ ਦੋ ਸੰਤਾਂ ਫਕੀਰਾਂ ਦੀ ਮਹਿਫਲ ਦਾ ਨਾਮ ਹੋ ਜੋੜਾਂਗਾ ਮੈਂ ਬਹੁਤ ਹੀ ਸਦਾ ਤੁਹਾਨੂੰ
ਛੇੜ ਬੈਠੀ ਗਿਆਨੋ ਇਸ਼ਕ ਦੇ ਬੜੇ ਬੜੇ ਮਾੜੇ ਨੇ ਇਹਨੇ ਕਈ ਕਰ ਫਿਰ ਪਟਵਾ ਕੀਤੇ ਤੇ ਕਈ ਨਹੀਂ ਵਸਦੇ ਨਕਲਾਂ ਦਾ ਪ੍ਰੋਗਰਾਮ ਜਿੱਦਾਂ ਕਿ ਬਾਬਾ ਜੀ ਦਾ ਹੁਕਮ ਹੋਊਗਾ ਤੋ
ਸਾਡੇ ਪਾਸ ਨਕੋਦਰ ਵਾਲੇ ਮਿਸ ਜੱਸੀ ਫਾਰਮ ਤੋਂ ਆਪ ਸਭ ਦੇ ਖਿਦਮਤ ਵਿੱਚ ਹਾਜ਼ਰ ਹੋਇਆ।
ਸਮਾਨਿਤ ਹੋ ਰਿਹਾ ਹੈ ਸਾਰਿਆਂ ਨੇ ਆਪਣਾ ਆਪਣਾ ਅੰਦਾਜ਼ ਕੇ ਇਸ਼ਕ ਨੂੰ ਦਾ ਸ਼ੇਰ ਬੈਠੇ ਇਸ਼ਕ ਦੇ ਬੜੇ ਪਵਾਦੇ ਇਹਨੇ ਕਈ ਘਰ ਫੂਕ ਦਬਾ ਕੀਤੇ ਤੇ ਕਈ ਵਸਦੇ ਘਰ ਉਜਾੜੇ ਇਸ਼ਕ ਨੂੰ ਇਹਨਾਂ ਦਾ ਜੋੜਿਆ ਫੁੱਟਿਆ ਲੋਕਾਂ ਦਾ ਉਹਨਾਂ ਸਿੰਧ ਜਿਹੜੇ ਰੱਬ ਨੇ ਤਾਰਾ ਜੋੜ ਕੇ ਆਪਸ ਮੰਗਦੇ ਹੋਦੇ ਹੋਏ ਮੈਂ ਦੁਨੀਆਂ ਦੀ ਪਰਿਵਾਰ ਆਪਣੇ ਆਪਣੇ ਆਪ ਤੋਂ ਬਗਾਨੇ ਹੋ ਜਾ ਕਿਉਂਕਿ ਜਿਹੜਾ ਮੈਂ ਇਸ਼ਕ ਮਾਇਆ ਲੋਕਾਂ ਨੂੰ ਉਹ ਮਿਲ ਗਿਆ ਪਿਆਰਾ ਜਾਂ ਸਜਾਵਾ ਆਪਣਾ ਸਨਮਾਨ ਹੋ ਰਿਹਾ ਹੈ
Thank you.
ਚੰਗਾ ਲੱਗਾ ਤਾਂ ਇਹਨਾਂ ਫਕੀਰਾਂ ਦੇ ਨਾਂ ਤੇ ਮਸਤਾਂ ਦੇ ਨਾਂ ਤੇ ਇਹਨਾਂ ਦਾ ਕਲਾਕਾਰਾਂ ਵਾਸਤੇ ਤਾੜੀ ਮਾਰਦੇ ਕਿ ਨਿੱਕੇ ਜੀ ਬਹੁਤ ਸਾਰਾ ਮਾਣ ਵੀ ਹੌਸਲਾ ਵਧਾਈ ਗਈ ਆ ਫਕੀਰਾਂ ਲੋਕਾਂ ਦੇ ਬਦੌਲਤ ਹੀ ਹੁੰਦੀ ਹੈ।
प्रोडक्शंस का जो चैनल है ये ज्यादा से अपने थी देखी है भाई मेरी गल नु गुस्सा लगा है जो साकी मां पर अपन ऐसे कह थी देखी नहीं ਉਹ ਚੀਜ਼ ਲਾਓ ਲਾਓ ਜਿਹੜੀ ਜਿਹੜੀ ਅੱਛੀ ਲੱਗੇ ਅਸੀਂ ਵੀ ਆਪਣੀ ਮਕਸਦ ਨੂੰ ਮਿਲਣ ਆਏ ਉਹਨਾਂ ਨੂੰ ਖੁਸ਼ ਕਰਨ ਆਏ ਜਗਾਰਾ ਦਿਲ 'ਚ ਗੱਲ ਆਈ ਉਸ ਮਕਸਦ ਨੇ ਚਾਨਣ ਪਾਇਆ ਤੇ ਅੱਜ ਇਹ ਗੱਲ ਉਹ ਚੀਜ਼ ਲਾਓ ਜਿਹੜੇ ਇੱਦਾਂ ਅਸੀਂ ਵੀ ਬੈਠੇ ਅਦਬ ਕਰੀਏ ਐਡੀਆਂ ਵੱਡੀਆਂ ਵਟਕਾਰਾਂ ਬੈਠੀਆਂ ਨਹੀਂ ਚੰਗਾ ਲੱਗਦਾ ਜੈਸ ਜੈਸ ਹਾਂ ਸੋ ਕੋਈ ਗੱਲ ਜੀ ਸਰਕਾਰਾਂ ਦਾ ਹੁਕਮ ਬਹੁਤ ਇਹ ਸਰਕਾਰਾਂ ਨੇ ਫਰਮਾਇਆ ਤੇ ਜਿੰਨੀ ਵੀ ਲੰਬੀ ਖਜੂਰ ਹੈ ਫਕੀਰਾਂ ਸੰਗਾਂ ਨੂੰ ਦੂਰ ਹੈ ਜਿੰਨੀ ਵੀ ਲੰਬੀ ਖਜੂਰ ਹੈ ਚੜ ਜਾਂਦੇ ਤੇ ਰਸੀਆਂ ਤੇ ਪੈ ਕੇ ਚੱਕਦਾ ਚੂਰ ਸੇ ਨਾ ਮੋਹ ਸ਼ਰਮ ਕਰਵਾ ਦੇ ਕਰਵਾ ਦੇ ਗੱਲ ਕੀਤੀ ਆ ਇਹਨਾਂ ਦਾ ਵੀ ਅਦਬ ਕਰਨਾ ਚਾਹੀਦਾ ਔਰ ਸਾਥ ਕਰਿਆ ਔਰ ਸੰਤ ਮਹਾਂਪੁਰਸ਼ ਆਇਆ ਇਹਨਾਂ ਦਾ ਮੈਂ ਅਗਲੇ ਸ਼ੁਕਰ ਕਰਦਾ ਸੀ ਸੋ ਜਿੰਨੇ ਵੀ ਸੰਤ ਮਹਾਂਪੁਰਸ਼ ਆਇਆ ਸੋ ਕਰਨੇ ਗੌਰ ਕਰੋ ਫੋਟੋ ਫੋਟ ਲਾ ਤੇ ਇਹ ਦੁਨੀਆ ਚੱਲਦੀ ਹੈ ਮੈਂ ਫਿਰ ਚੱਲ ਸੋ ਗੁਸਤਾਖੀਆ ਹੋ ਜਾਂਦੀ ਹੈ ਬੇਨਤੀ ਕੀਤੀ ਆ ਕਿ ਸੰਤਾਂ ਮਹਾਂਪੁਰਸ਼ਾਂ ਦੀ ਉਮਰ ਹੋ ਚੁੱਕੀ ਆ ਥੋੜਾ ਜਿਹਾ ਪਿੱਛੇ ਬੱਚਾ ਆਪਣੀ ਮਾਂ ਨੂੰ ਚਿੰਬੜਦਾ ਹੈ ਭੁੱਬਾ ਮਾਰ ਮਾਰ ਕੇ ਰੋਂਦਾ ਹੈ ਕੀ ਕਹਿੰਦਾ
ਸੁਮਾ ਦੇ ਨਾਂ ਤੇ ਕਟਾਣੀ ਮਾਰ ਦੋ ਕਿ ਮਾਵਾ ਦਾ ਦੁੱਖ ਜੋ ਬਹੁਤ ਔਖਾ ਹੁੰਦਾ ਆ ਸੁਮਾਵਾ ਦੇ ਨਾਂ ਤੇ ਯਾਰ ਨੇ ਇਸ ਕਰਕੇ ਹੈਗੇ ਕਿ ਮਾਵਾ ਵੱਧਦੀਆਂ ਨੇ ਲੋਕੋ ਇਹ ਬਹੁਤ ਔਖਾ ਛੋੜਾ ਆ ਕਿ ਸਮਝਣਾ ਇੱਥੋਂ ਪੀਰ ਫਕੀਰ ਆਉਣੀਏ ਜਿੰਨੇ ਵੀ ਪੀਰ ਫਕੀਰ ਆਏ ਦਾ ਸਾਰਿਆਂ ਦੇ ਕਦਮਾਂ ਦੇ ਵਿੱਚ ਕੋਟੀ ਕੋਟੀ ਨਮਨ ਵੱਡੀ ਮਜਾਜ ਤੋਂ ਵੱਡੇ ਬਾਬਾ ਜੀ ਫਰੋਮ ਮਣੀਪੁਰ ਤੋਂ ਔਰ ਉਹਨਾਂ ਦੇ ਵਿੱਚ ਦੇ ਦਿਲੋਂ ਧੰਨਵਾਦ ਸਾਡੇ ਦੇਵਾਂ ਦੀ ਰਾਜਧਾਨੀ ਦੀ ਰਾਜ ਬਾਬਾ ਜੀ ਨਾਗਰਿਕ ਤੋਂ ਔਰ ਇਹ ਫਕੀਰਾਂ ਦਾ ਦਰਬਾਰ ਇਲਾਹੀ ਦਰਬਾਰ ਮਸਤਾਂ ਦਾ ਦਰਬਾਰ ਅਲਮਸਤਾਂ ਦਾ ਦਰਬਾਰ ਵਲੀਆਂ ਦਾ ਦਰਬਾਰ ਔਲੀਆਂ ਦਾ ਦਰਬਾਰ ਸਾਡੇ ਰਾਜ ਬਾਬਾ ਜੀ ਬੜਾ ਪਿਆਰ ਸੀ ਔਰ ਵੱਡੀ ਮਜਾਰ ਤੋਂ ਵੱਡੇ ਬਾਬਾ ਜੀ ਉਹਨਾਂ ਦੇ ਦਾਸ ਉਹਨਾਂ ਦੇ ਗੁਲਾਮ ਉਹਨਾਂ ਦੀ ਦਰਵੇਸ਼ ਦਰਬਾਰ ਦੇ ਵਿੱਚ ਸਾਡੀ ਮਣੀ ਬਾਬਾ ਜੀ ਤੁਹਾਡਾ ਵੀ ਦਿਲੋਂ ਧੰਨਵਾਦ ਕਰਦੇ ਹਾਂ ਜੀ ਸਾਈਂ ਕਲੋਣੀ ਤੋਂ ਸਾਈਂ ਕਲੋਣੀ ਤੋਂ ਸਾਈਂ ਦੇ ਦਾਸ ਹੀ ਹੁੰਦੇ ਆ ਔਰ ਸਾਡੇ ਬੁੱਲਾ ਬਾਬਾ ਜੀ ਤੁਹਾਡੇ ਕਦਮਾਂ ਵਿੱਚ ਜੀ ਕੋਟੀ ਕੋਟੀ ਨਮਨ ਆਖਦੇ ਹਾਂ ਜਿੰਨੀ ਫਕੀਰ ਲੋਕ ਆਏ ਜੀ ਜਿੰਨੀ ਫਕਰ ਫਕੀਰ ਆਏ ਜੀ ਸੀਮਾ ਬਾਬਾ ਜੀ ਔਰ ਸਾਡੇ ਬਾਬਾ ਵੀਰ ਸ਼ਾਹ ਮਿੰਦੋ ਬੀਬੀ ਜੀ ਉਹਨਾਂ ਦਾ ਵੀ ਦਿਲੋਂ ਧੰਨਵਾਦ ਕਰਦੇ ਹਾਂ ਜੀ ਫਕੀਰਾਂ ਦਾ ਦਰਬਾਰ ਅਲੀਆਂ ਦਾ ਦਰਬਾਰ ਵਲੀਆਂ ਦਾ ਦਰਬਾਰ ਔਰ ਜਿਹੜੇ ਗੌਸ ਪਾਕ ਨੂੰ ਪਿਆਰ ਕਰਦੇ ਕੋਈ ਤਾੜੀ ਮਾਰ ਦਿੰਦੇ ਜੀ ਪੀਰਾਂ ਦੇ ਪੀਰ ਦਸਤਗੀਰ ਅਬਦੁਲ ਕਾਦਰ ਸ਼ਾਹੀ ਜ਼ਿਲ੍ਹਾ ਗੌਸ ਪਾਕ ਸਰਕਾਰ ਪੀਰਾਂ ਦਾ ਦਰਬਾਰ ਹੈ ਵਲੀਆਂ ਦਾ ਦਰਬਾਰ ਹੈ ਔਲੀਆਂ ਦਾ ਦਰਬਾਰ ਹੈ ਔਰ ਦਿਲ ਜੀ ਨੂੰ ਮਿਲਣ ਦੀ ਖੁਸ਼ੀ ਭਰੀ ਤਾੜੀ ਮਾਰ ਦਿਓ ਜਰਾ ਤੇ ਕਰੇ ਮਸਤਾ ਬਲੀਆਂ ਦਾ ਥੋੜਾ ਹੋਲੀ ਬੋਲੇ ਕਰੋ ਬਾਬਾ ਬੜੀ ਜਲਦੀ ਸੁਣਦਾ ਹੈ ਅਸੀਂ ਜਾਇ ਵਿੱਚ ਬੜੇ ਸਮਝਦੇ ਜਾਂਦੇ ਬੋਲ ਬੋਲਦੇ ਹਾਂ ਕਿ ਦੁੱਖ ਦੂਰ ਕਰਨ ਵਾਲੇ ਕਰੀਏ ਚਿੰਦਾ ਜਲੰਧਰੀ ਹਿੰਦੁਸਤਾਨ ਦਾ ਸਰਕਾਰ ਹਿੰਦੁਸਤਾਨ ਦਾ ਚਸ਼ਮੋ ਚਿਰਾਗ ਸਾਡੇ ਅਮਰ ਬਾਈ ਜੀ ਜਿਹਨਾਂ ਨੇ ਪੰਜਾਬ ਦੀ ਮਾਂ ਬੋਲੀ ਨੂੰ ਪੰਜਾਬੀ ਵਿਰਸੇ ਨੂੰ ਬੁਲੰਦੀਆਂ ਤੇ ਪਹੁੰਚਾਇਆ ਔਰ ਉਸੇ ਹੀ ਸੂਫੀ ਸੂਫੀ ਕਲਾਮਾਂ ਰਾਹੀਂ ਫਕੀਰਾਂ ਦੇ ਦਰਬਾਰ ਦੇ ਵਿੱਚ ਅਮਰ ਬਾਈ ਜੀ ਕਰੇ 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 ਕਰੇ
ਜਿੰਨੇ ਵੀ ਕਦਮ ਚੱਲ ਕੇ ਆਏ ਨੇ ਇਹਨਾਂ ਕਦਮਾਂ ਦੇ ਵਿੱਚ ਕੋਟੀ ਕੋਟੀ ਨਮਨ ਨੱਚਦੀਆਂ।
ਤਾੜੀ ਮਾਰਦੇ ਜਰੇ ਖੜੇ ਮੇਰਾ ਪੀਰ ਗਿਆਰਵੀਂ ਵਾਲਾ ਜੀ ਲਾਉਂਦਾ ਪਾਰ ਜੋ ਡੁੱਬਦੇ ਨੇੜੇ ਆ ਸਾਡੀ ਰੱਬ ਨਾਲ ਯਾਰੀ ਸਾਡੀ ਕਰੀ ਨਾ ਪਰਚ ਸਾਡੀ ਰੱਬ ਨਾਲ ਯਾਰੀ ਦਿੰਦੇ ਸਭ ਨੂੰ ਅਸੀਂ ਸਾ ਅਸੀਂ ਸਾਰਿਆਂ ਦੇ ਆਰੀ ਤੇ ਸਭ ਨੂੰ ਅਸੀਂ ਸਾ ਅਸੀਂ ਸਾਰਿਆਂ ਦੇ ਆਰੀ ਸਾਡੀ ਕਰੀ ਨਾ ਪਰਚ ਸਾਡੀ ਰੱਬ ਨਾਲ ਯਾਰੀ ਦਿੰਦੇ ਸਭ ਨੂੰ ਅਸੀਂ ਸਾ ਅਸੀਂ ਸਾਰਿਆਂ ਦੇ ਆਰੀ ਕਿ ਤੂੰ ਸਾਨੂੰ ਅਜਮਾਉਣਾ ਫਕੀਰ
ਮੈਂ ਮਾਤਾ ਜੀ ਮੇਰੇ ਬਾਹਰ ਤੋਂ ਪੈਰਾਂ ਦੇ ਵਿੱਚ ਘੁੰਗਰੂ ਮੈਂ ਨੱਚਾ ਸੋਹਣੀ ਯਾਰ ਦੀ ਆਵਾਜ਼ ਤੁਹਾਡੇ ਕੰਨਾਂ ਤੱਕ ਪਹੁੰਚਾ ਰਹੀ ਹੈ ਔਰ ਇਹ ਮੈਂ ਜੀਏ ਵਾਸਤੇ ਆ ਔਰ ਇਹ ਰਸਮਾਂ ਖਸਮਾਂ ਦੇ ਨਾਲ ਨਿਭਾਈਆਂ ਜਾਂਦੀਆਂ ਨੇ ਸੇਵਾ ਬਾਬਾ ਜੀ ਉਹਨਾਂ ਦਾ ਵੀ ਦਿਲੋਂ ਧੰਨਵਾਦ ਕਰਦੇ ਹਾਂ ਫਕੀਰਾਂ ਦੇ ਦਾਸ ਫਕੀਰਾਂ ਦੇ ਗੁਲਾਮ ਫਕੀਰਾਂ ਦੇ ਦਰਵੇਸ਼ ਵੱਖ ਵੱਖ ਨਗਰੀ ਚੋਂ ਵੱਖ ਵੱਖ ਫਕੀਰ ਲੋਕ ਵੱਖ ਵੱਖ ਰੈਬਰ ਵੱਖ ਵੱਖ ਮੁਰਸ਼ਦ ਸ਼ਾਲਾ ਨਦੀਆਂ
ਕਲਾਮ ਦਾ ਲਾਸਟ ਅੰਤਰ ਕਹਿਣ ਜਾ ਰਹੇ
ਬਾਬਾ ਜੀ ਜਾਣੇ ਕਿਸੇ ਨੇ ਨਹੀਂ। ਹੈਲੋ ਬਾਬਾ ਜੀ।